ਵੈਦਿਕ ਹਿੰਦੂ ਕਲਚਰਲ ਸੋਸਾਇਟੀ ਸਰੀ ਦੇ ਸ਼ਾਂਤੀ ਨਿਕੇਤਨ ਹਾਲ ਵਿੱਚ ਸੀਨੀਅਰਸ ਗਰੁੱਪ ਵੱਲੋਂ ਸੀਨੀਅਰਸ ਦੇ ਜਨਮ ਦਿਨ ਮਨਾਏ ਗਏ। ਇਹ ਪ੍ਰੋਗਰਾਮ ਹਰ 2 ਮਹੀਨੇ ਵਿੱਚ 1 ਵਾਰ ਕੀਤਾ ਜਾਂਦਾ ਹੈ ਅਤੇ ਉਹਨਾਂ 2 ਮਹੀਨਿਆਂ ਵਿੱਚ ਆਉਣ ਵਾਲੇ ਸੀਨੀਅਰਸ ਦੇ ਜਨਮ ਦਿਨ ਮਨਾਏ ਜਾਂਦੇ ਹਨ। ਇਸ ਮੌਕੇ 'ਤੇ ਕੇਕ ਕੱਟਣ ਤੋਂ ਇਲਾਵਾ ਗੀਤ ਸੰਗੀਤ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਅਤੇ ਅੰਤ ਵਿੱਚ ਸਾਰੇ ਸੀਨੀਅਰਸ ਮਿਲ ਕੇ ਲੰਚ ਕਰਦੇ ਹਨ। ਯਹਾਂ ਪਰ ਆਜ ਹਮ ਬਰਥਡੇ ਪ੍ਰੋਗਰਾਮ ਮਨਾ ਰਹੇ ਹੈ ਔਰ ਨਿਊ ਈਅਰ। ये प्रोग्राम जो है वैदिक सीनियर परिवार सेंटर को चलाते हुए मुझे, मैं इसका कोऑर्डिनेटर हूँ और पिछले 10 साल से हम चला रहे हैं। और ये बर्थडे का प्रोग्राम जो है हर 2 महीने में 1 बार मनाया जाता है। तो उन 2 महीनों में जिन भाई बहनों का भी बर्थडे पड़ता है उनको हम बड़ी धूमधाम से मनाते हैं। यहीं शांति निकेतन हॉल जो है मंदिर का, यहाँ इकट्ठे होते हैं और उसके बाद गाने बजाने का प्रोग्राम होता है। हम प्रोफेशनल सिंगर्स को बुलाते हैं, एक केक कटिंग सेरेमनी होती है, लंच होता है, सब भाई बहनों को जोक सुनाए जाते हैं। तो उनका हर तरह से मनोरंजन का प्रोग्राम होता है। ਇੱਥੇ ਇੱਕ ਸੀਨੀਅਰ ਸੁਸਾਇਟੀ ਬਹੁਤ ਵੱਡੀ ਸੁਸਾਇਟੀ ਹੈ ਜਿਹਦੇ 'ਚ ਅਸੀਂ ਕਰੀਬ 125-26 ਲੋਕ ਹੈ। ਇਹ ਬੜਾ ਹੀ ਇੱਕ ਦਿਲਚਸਪ ਪ੍ਰੋਗਰਾਮ ਹੈ। ਇੱਥੇ ਸਾਡੇ ਸੀਨੀਅਰ ਹਾਂਡਾ ਸਾਹਿਬ ਹੈਗੇ ਆ, ਇਹ ਬਹੁਤ ਅੱਛੇ ਅੱਛੇ ਪ੍ਰੋਗਰਾਮ ਔਰਗੇਨਾਈਜ਼ ਕਰਦੇ ਆ। ਇੱਕ ਬਹੁਤ ਹੀ ਜ਼ਬਰਦਸਤ ਪ੍ਰੋਗਰਾਮ ਹੈ ਅਤੇ ਸਾਨੂੰ ਹਰ 1-2 ਮਹੀਨੇ ਬਾਅਦ ਘੁੰਮਣ ਵਾਸਤੇ ਲਿਜਾਇਆ ਜਾਂਦਾ ਹੈ। ਹੋਟਲਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਅਤੇ ਇੱਕ ਬਹੁਤ ਹੀ ਅੱਛਾ ਇਹ ਪਲੇਟਫਾਰਮ ਹੈ ਅਤੇ ਇਹ ਅਸੀਂ ਅਜਿਹੇ ਪ੍ਰੋਗਰਾਮ ਨਾਲ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਵੀ ਸੀਨੀਅਰ ਜਾਂ ਜਿਹੜੇ ਨਵੇਂ ਆਉਂਦੇ ਆ ਇਸ ਦੇ ਨਾਲ ਜੁੜਨ ਅਤੇ ਇਸ ਗੱਲ ਦਾ ਫਾਇਦਾ ਉਠਾਉਣ। ਸਾਨੂੰ ਇੱਥੇ ਫੈਸਿਲਿਟੀਆਂ ਹੈਗੀਆਂ ਨੇ, ਅਸੀਂ ਇੱਥੇ ਯੋਗਾ ਕਰਨੇ ਹੈਗੇ ਹਾਂ, ਚੇਅਰ ਐਕਸਰਸਾਈਜ਼ ਕਰਨੇ ਹਾਂ ਜਿਹੜੀ ਸਾਡੀ ਸਿਹਤ ਲਈ ਕਾਫੀ ਅੱਛੀਆਂ ਰਹਿੰਦੀਆਂ ਹੈਗੀਆਂ ਨੇ ਅਜੀ, ਔਰ ਅਸੀਂ ਇਹਨੂੰ ਮੇਨਟੇਨ ਕਰ ਪਾਉਂਦੇ ਹਾਂ। ਇੱਥੇ ਸੀਨੀਅਰ ਦੇ ਹੋਰ ਕਈ ਪ੍ਰੋਗਰਾਮ ਹੁੰਦੇ ਹੈਗੇ ਨੇ। ਸਭ ਕੋ ਜੋ ਨਿਊ ਈਅਰ ਹੈਪੀ ਨਿਊ ਈਅਰ, ਆਪਕੋ ਪਤਾ ਕਿ ਲਾਈਵ ਮੇਂ ਪ੍ਰੈਜੈਂਟ ਹੋਣ ਵਾਸਤੇ ਰਹਤੇ ਹੈ। ਮੈਂ ਇਹੀ ਦੁਆ ਕਰਤਾ ਹੂੰ ਕਿ ਨਿਆ ਸਾਥ ਸਭ ਕੋ ਅੱਛਾ ਰਹੇ। ਜਿਨ੍ਹਾਂ ਲੜਕੇ ਲੜਕੀਆਂ ਦੇ ਅੱਜ ਬਰਥਡੇ ਹੈ ਤੁਹਾਨੂੰ ਸਭ ਨੂੰ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ। ਮੈਂ ਮੰਗਦਾ, ਮੈਂ ਚਾਹੁੰਦਾ ਪਰਮਾਤਮਾ ਆਪ ਸਭ ਦੀ, ਤੁਹਾਡੇ ਸਾਰਿਆਂ ਦੀ ਜਿਹੜੀ ਸਿਹਤ ਬਹੁਤ ਵਧੀਆ ਰੱਖੇ, ਉਮਰ ਬਹੁਤ ਲੰਬੀ ਰੱਖੇ ਔਰ ਤੁਹਾਡਾ ਆਸ਼ੀਰਵਾਦ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ। ਸੋ ਵੰਸ ਅਗੇਨ ਹੈਪੀ ਬਰਥਡੇ ਟੂ ਆਲ ਆਫ ਯੂ। ਨਾਲੇ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਭੱਟ, ਤੇਜਸਵਿਤਾ ਜੀ, ਜੈਜ਼ ਗਿੱਲ ਅਤੇ ਬਾਕੀ ਸਾਰੀ ਇੰਟਾਇਰ ਟੀਮ ਆਫ ਸੀਨੀਅਰਸ ਫੋਰ ਪੁਟਿੰਗ ਅਪ ਦਿਸ ਕਾਇੰਡ ਆਫ ਫੰਕਸ਼ਨਸ, ਯੂ ਨੋ, ਅਗੇਨ ਐਂਡ ਅਗੇਨ।